मेरे को अधिक पड़ी है। एक बार जोरदार क्लैपिंग कर दो ਤੇ ਇਹਨਾਂ ਦਾ ਸਾਡੇ ਵੱਲੋਂ ਪ੍ਰਿੰਸੀਪਲ ਮੈਮ ਜੀ ਵੱਲੋਂ ਪੂਰੇ ਸਟਾਫ ਵੱਲੋਂ ਨਿੱਘਾ ਸਵਾਗਤ ਹੈ। ਇਹ ਜੋ ਫੰਕਸ਼ਨ ਹੈ ਇਹ ਉਹ ਬੱਚੇ ਨੇ ਜਿਹੜੇ ਇਸੀ ਸਕੂਲ ਵਾਰੀ ਫਿਰ ਸਾਰੇ ਇਕੱਠੇ ਹੋ ਕੇ ਬੈਠੇ ਆ ਔਰ ਸਾਡੇ ਸਟੂਡੈਂਟ ਜਿਹੜੇ ਹੈ ਜਿਹੜੇ ਇਹਨਾਂ ਦੇ ਵਿੱਚੋਂ ਮੈਂ ਉਹਨਾਂ ਬੱਚਿਆਂ ਦਾ ਨਾਮ ਵੀ ਬੋਲਣਾ ਚਾਹੁੰਦਾ। ਅੱਜ ਅਸੀਂ ਮਿਲ ਕੇ 10ਵੀਂ ਦਾ ਉਹ ਦਿਨ ਜੀਣਾ ਚਾਹਾਂਗੇ। ਉਮੀਦ ਕਰਦਾ ਕਿ ਮੇਰੇ ਭਰਾ ਜਿਹੜੇ ਮੇਰੇ ਨਾਲ ਆਏ ਆ ਅਸੀਂ ਅੱਜ ਕਿਸੇ ਵੀ ਪੋਸਟ ਅਹੁਦੇ ਨੂੰ ਪਿੱਛੇ ਰੱਖ ਕੇ ਆਪਣੇ ਕੋਈ ਨਾ ਕੋਈ ਯਾਦ ਕੋਈ ਨਾ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਬਹੁਤ ਹਮੇਸ਼ਾ ਯਾਦ ਕਰਦੇ ਹੋ। ਮੈਨੂੰ ਯਾਦ ਹੈ ਕਿ ਤੁਹਾਡਾ ਗਰੁੱਪ ਹੈਗਾ ਆਪਣਾ ਵਟਸਐਪ 'ਤੇ ਤੁਸੀਂ ਲਗਾਤਾਰ ਗੱਲਾਂ ਕਰਦੇ ਹੋ ਅਤੇ ਅਧਿਆਪਕ ਸਾਹਿਬਾਨਾਂ ਬਾਰੇ ਵੀ ਅਤੇ ਆਪਣੇ ਆਪਣਿਆਂ ਬਾਰੇ ਵੀ ਅਤੇ ਕੋਈ ਨਾ ਕੋਈ ਨਿੱਘੀ ਯਾਦ ਜਾਂ ਖੱਟੀ ਮਿੱਠੀ ਕੋਈ ਵੀ ਯਾਦ ਸਕੂਲ ਸੰਬੰਧਿਤ ਅਧਿਆਪਕਾਂ ਦੇ ਨਾਲ ਤੁਸੀਂ ਇੱਕ ਇੱਕ ਮਿੰਟ ਜ਼ਰੂਰ ਸਾਡੇ ਮੇਰੇ ਵੀਰਾਂ ਨੇ ਸਾਰਿਆਂ ਨੇ ਬੋਲਣਾ। ਗੁੱਡ ਆਫਟਰਨੂਨ ਐਵਰੀਵਨ ਮਾਈ ਡੀਅਰ ਸਟੂਡੈਂਟਸ ਐਂਡ ਬੈਚ 2000-2001 ਸਟੂਡੈਂਟਸ ਆਫ ਕਲਾਸ 10 ਡੀਅਰ ਟੀਚਰਸ ਐਂਡ ਦੀ ਸਟਾਫ ਮੈਂਬਰਸ ਬਟ ਦੇਰ ਇਜ਼ ਅ ਬਿਗ ਬਿਗ ਮੇਜਰ ਮਿਸਿੰਗ of your principal sir and of some students, and this is a very big loss for all of us. This is a very big major missing. It will be just like a time traveling future for the present students of the school and the upcoming students of the school. ਕਿੱਥੋਂ ਫੋਨ ਕੀਤੇ ਸਾਨੂੰ, ਕਿੱਦਾਂ ਅਰੇਂਜ ਕੀਤਾ, ਕਿੱਦਾਂ ਆਰਗੇਨਾਈਜ਼ ਕੀਤਾ। ਇਸ ਸਕੂਲ ਤੋਂ ਪੜ੍ਹ ਕੇ ਡਾਕਟਰ ਬਣੇ ਬੱਚੇ, ਇੰਜੀਨੀਅਰ ਬਣੇ, ਨੋਨ ਮੈਡੀਕਲ ਕਰ ਰਹੇ ਹੈ, ਮੈਡੀਕਲ ਕਰ ਰਹੇ ਹੈ, ਕੋਈ ਸੀ ਏ ਦਾ ਕਰ ਰਹੇ ਹੈ। ਠੀਕ ਹੈ, ਜਿਹੜੀ ਪ੍ਰਿੰਸੀਪਲ ਰਾਜਕੁਮਾਰ ਦੀ ਘਾਟ ਪੂਰੀ ਨਹੀਂ ਹੋ ਸਕਦੀ,
ਪਰ ਉਸ ਨੂੰ ਉਸ ਜਿਹੜੀ ਇਹ ਇੰਸਟੀਟਿਊਸ਼ਨ ਨੂੰ ਚਲਾਉਣ ਵਾਸਤੇ ਜਿਹੜਾ ਉਹਨਾਂ ਦਾ ਉਹਨਾਂ ਦੇ ਮਿਸਿਸ ਹੈਗੇ ਔਰ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਬਹੁਤ ਹੀ ਮਿਹਨਤ ਨਾਲ ਸਕੂਲ ਨੂੰ ਰਨ ਕਰ ਰਹੇ ਆ। ਸੋ ਬਹੁਤ ਵੱਡੀ ਸੋਚ ਹੈਗੀ ਹੈ ਜਿਨ੍ਹਾਂ ਨੇ ਬੱਚਿਆਂ ਨੇ ਸਾਨੂੰ ਯਾਦ ਕੀਤਾ। ਪਰ ਸਾਨੂੰ ਇੱਕੋ ਹੀ ਅਫਸੋਸ ਹੈ ਕਿ ਸਾਡੇ ਨਾਲ ਪ੍ਰਿੰਸੀਪਲ ਰਾਜਕੁਮਾਰ ਜੀ ਜਿਹੜੇ ਉਹ ਨਹੀਂ ਹੈਗੇ। ਸਾਨੂੰ ਇਸ ਗੱਲ ਦਾ ਹਮੇਸ਼ਾ ਹੀ ਲੌਸ ਰਹੇਗਾ। ਇਹ ਲੌਸ ਜਿਹੜਾ ਇੱਥੇ ਖੇਡਦੇ ਰਹੇ ਹਾਂ, ਇੱਥੇ ਪੜ੍ਹਦੇ ਰਹੇ ਹਾਂ, ਪਰ ਅਸੀਂ ਕੁਛ ਮਿਸ ਕਰ ਰਹੇ ਹਾਂ। ਕੁਛ ਸਾਡੇ ਸਟੂਡੈਂਟ, ਸਾਡੇ ਯਾਰ ਦੋਸਤ ਸਾਡੇ ਵਿੱਚ ਨਹੀਂ ਹੈ, ਸਪੈਸ਼ਲੀ ਪ੍ਰਿੰਸੀਪਲ ਸਰ ਜਿਹਨਾਂ ਨੂੰ ਬਹੁਤ ਅਸੀਂ ਮਿਸ ਕਰ ਰਹੇ ਹਾਂ। ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਾਂਗਾ ਕਿ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ, ਸਾਰਿਆਂ ਨੂੰ, ਬੱਚਿਆਂ ਨੂੰ ਜਿਹੜੇ ਹੁਣ ਪੜ੍ਹ ਰਹੇ ਆ, ਯਾਦ ਕਰੇ ਜਿਹੜਾ ਬੈਜ ਹੈਗਾ ਸਾਡਾ 1001 ਦਾ, ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ। ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਬੱਚਿਆਂ ਨੇ 21 ਸਾਲ ਬਾਅਦ ਯਾਦ ਕੀਤਾ। ਅਸੀਂ ਕਦੇ ਵੀ, ਮੈਂ ਦਿਮਾਗ ਵਿੱਚ ਸੋਚਿਆ ਨਹੀਂ ਸੀਗਾ ਕਿ ਆਹ ਵੀ ਟਾਈਮ ਆਏਗਾ, ਆਹ ਦਿਨ ਆਏਗਾ। ਬਟ ਅੱਜ ਜਿਹਨੂੰ ਵੀ ਆਉਣ ਲੱਗਿਆ ਨੂੰ ਆਪਾਂ ਦੱਸਿਆ ਕਿ ਆਪਾਂ ਇੱਥੇ ਚੱਲੇ ਹਾਂ, ਆਹ ਫੰਕਸ਼ਨ ਹੈਗਾ, ਸਾਰੇ ਹੀ ਬਹੁਤ ਹੈਰਾਨ ਹੋਏ ਆ ਕਿ ਵਾਹ ਕਿਆ ਬਾਤ ਹੈ। ਇੰਨਾ ਬੱਚੇ ਤੁਹਾਨੂੰ ਯਾਦ ਕਰਦੇ ਸੀਗੇ, ਇੰਨੀ ਤੁਸੀਂ ਜਗ੍ਹਾ ਬਣਾਈ ਹੋਈ ਸੀਗੀ ਆਪਣੀ ਸਕੂਲ ਦੇ ਵਿੱਚ ਜਾਂ ਬੱਚਿਆਂ ਦੇ ਦਿਲਾਂ ਦੇ ਵਿੱਚ, ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਵੀ ਸਕੂਲ ਵਿੱਚ ਆਏ, ਸਾਨੂੰ ਬਹੁਤ ਅੱਛਾ ਲੱਗਿਆ, ਇੰਨਾ ਅੱਛਾ ਲੱਗਿਆ, ਮੈਂ ਤੁਹਾਨੂੰ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਨੂੰ ਬੋਲ ਕੇ ਦੱਸਣਾ ਕਿ ਮੈਨੂੰ ਕਿੰਨਾ ਅੱਛਾ ਫੀਲ ਹੋਇਆ ਕਿ ਤੁਸੀਂ ਆਪਣੇ ਹੀ ਸਕੂਲ 'ਚ ਮੇਰੇ ਖਿਆਲ 20 ਸਾਲ ਤੋਂ ਬਾਅਦ ਆਏ, ਟੀਚਰਸ ਨੂੰ ਯਾਦ ਕੀਤਾ, ਆਪਣੇ ਸਕੂਲ ਨੂੰ ਯਾਦ ਕੀਤਾ, ਔਰ ਅਤੇ ਗੈਟ ਟੂਗੈਦਰ ਫੰਕਸ਼ਨ ਤੁਸੀਂ ਔਰਗਨਾਈਜ਼ ਕੀਤਾ, ਬਹੁਤ ਅੱਛਾ ਲੱਗਿਆ। ਬਸ ਇੱਕ ਜਿਹੜੀ ਕਮੀ ਸਾਨੂੰ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਉਹ ਇਹ ਹੈ ਕਿ ਤੁਹਾਡੇ ਪ੍ਰਿੰਸੀਪਲ ਸਰ, ਸਾਡੇ ਸਾਰਿਆਂ ਦੇ ਪ੍ਰਿੰਸੀਪਲ ਸਰ ਸ਼੍ਰੀ ਰਾਜਕੁਮਾਰ ਸਾਡੇ ਵਿੱਚ ਅੱਜ ਨਹੀਂ ਹਨ। ਵੇਟ ਕਰੇ।